ਆਪਦੇ ਬੱਚੇ 'ਤੇ ਮਾਣ ਮਹਿਸੂਸ ਹੈ ਵੀ ਅੱਜ ਉਹਦੀ ਸ਼ਹੀਦੀ ਉਹਨੇ ਪਾਈ ਸੀ ਜਿਹੜੀ, ਉਹਦਾ ਸ਼ਹੀਦੀ ਅੱਜ ਲੇਖੇ ਲੱਗ ਗਈ। ਜਿਹੜੇ ਮੋਦੀ ਸਾਹਿਬ ਨੇ ਕਾਨੂੰਨ ਆ ਉਹ ਰੱਦ ਕਰ ਲਏ, ਜਿਵੇਂ ਬਾਰਡਰਾਂ 'ਤੇ ਫੌਜੀ ਆਪਦੀ ਜਾਨ ਦਿੰਦੇ ਆ, ਅਸੀਂ ਤਾਂ ਇਹੀ ਸੋਚਦੇ ਵੀ ਸਾਡੇ ਬੱਚੇ ਨੇ ਵੀ ਦੇਸ਼ ਲਈ ਜਾਨ ਦਿੱਤੀ ਆਪਦੀ। ਜ਼ਿਆਦਾ ਸਾਡੇ ਮਨ ਨੂੰ ਖੁਸ਼ੀ ਉਸ ਦਿਨ ਹੋਊਗੀ ਜਿਸ ਦਿਨ ਮੋਦੀ ਸਾਹਿਬ ਨੇ ਇਹ ਲਿਖ ਕੇ ਦਿੱਤਾ ਵੀ ਜਿਹੜੇ ਕਾਨੂੰਨ ਹੈ ਉਹ ਰੱਦ ਹੋਊਗੇ। ਸਰਕਾਰਾਂ ਵੱਲੋਂ ਵੀਰ ਜੀ ਕੋਈ ਸਹਾਇਤਾ ਨਹੀਂ ਆਈ ਗਈ ਸਾਨੂੰ, ਨਾ ਮੁਲਾਜ਼ਮ ਤਾਂ ਜ਼ਰੂਰ ਆਉਂਦੇ ਆ ਪਰ ਉਹਨਾਂ ਪਾਸੋਂ ਕੋਈ ਵੀ ਮਦਦ ਨਹੀਂ ਕੀਤੀ ਗਈ, ਨਾ ਕੋਈ ਜੋਬ ਦੀ ਮਦਦ ਕੀਤੀ ਗਈ ਆ, ਨਾ ਕੋਈ ਵੀ ਜਿਵੇਂ ਉਹਨਾਂ ਨੇ ਕਿਹਾ ਸੀ 5 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ, ਨਾ ਕੁਛ ਹੈ ਜਾਂ ਕੁਛ ਮਦਦ ਨਹੀਂ ਕੀਤੀ ਗਈ। ਉੱਥੇ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ ਹੀ, ਅਤੇ ਉਹ ਉਸ ਕਰਕੇ ਅਤੇ ਉੱਥੋਂ ਫਿਰ ਆ ਗਿਆ ਸੀਗਾ 15-16 ਦਿਨ ਲਾ ਕੇ। ਉਦੋਂ ਬਾਅਦ ਫਿਰ ਇੱਥੇ ਦਾਖਲ ਕਰਾਇਆ, ਫਿਰ ਲੁਧਿਆਣੇ ਕਰਾਇਆ, ਫਿਰ PIIT ਚੰਡੀਗੜ੍ਹ ਕਰਾਇਆ, ਫਿਰ 24 ਜਨਵਰੀ ਨੂੰ ਮੌਤ ਹੋ ਗਈ ਸੀ ਉਹਨਾਂ ਦੀ। ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਜੀ, ਨਹੀਂ ਜੀ ਕੋਈ ਨਹੀਂ ਵਾਅਦਾ ਉਹਨਾਂ ਨੇ ਪੂਰਾ ਕੀਤਾ। ਖੁਸ਼ੀ ਵੀ ਹੈਗੀ ਹੈ, ਗਮ ਵੀ ਹੈਗਾ, ਜਿਹੜੇ 800 ਪਰਿਵਾਰਾਂ ਦੇ ਮਤਲਬ 20-20 ਸਾਲ ਦੇ ਬੱਚੇ ਸ਼ਹੀਦ ਹੋਏ ਨੇ, ਇਕੱਲੇ ਇਕੱਲੇ ਪੁੱਤ ਸੀ। 26/11 ਤੋਂ ਲਾ ਕੇ ਸੰਘਰਸ਼ੀ ਰਹੇ ਤੇ ਉਹਨੂੰ ਕੋਈ ਬਿਮਾਰੀ ਦੇ ਕਾਰਨ ਉੱਥੇ ਤਕਰੀਬ ਹੋਈ, ਉਹ ਸ਼ਹੀਦ ਹੋ ਗਏ ਨੇਗੇ। ਅਤੇ ਉਹਦੇ ਵਾਸਤੇ ਸਰਕਾਰ ਨੇ ਹਾਲ ਤੱਕ ਸਾਨੂੰ 5 ਲੱਖ ਰੁਪਇਆ ਦਿੱਤਾ ਗਾ, ਉਹਦਾ ਨਾ ਕੋਈ ਕਰਜ਼ਾ ਮਾਫੀ ਆ, ਬੈਂਕ ਵਾਲੇ ਵੀ ਤੰਗ ਕਰ ਰਹੇ ਨੇ ਅਜੇ, ਨਾ ਕੋਈ ਜਿਹੜਾ ਕੋਈ 38 ਦਾ ਕਰਜ਼ਾ ਉਹ ਕੋਈ ਉਹ ਮਾਫ ਕਰਿਆ ਸਾਨੂੰ, ਉਹਦੀ ਕੋਈ ਹੋਰ ਸਹੂਲਤ ਕੋਈ ਨਹੀਂ ਮਿਲੀ ਸਾਨੂੰ ਹਾਲ ਤੱਕ। ਖੁਸ਼ੀ ਹੈ, ਅੱਜ ਖੁਸ਼ੀ ਹੈ, ਪੂਰੀ ਖੁਸ਼ੀ ਹੈ, ਜੇ ਰੱਦ ਕਰਦੇ ਨੇ ਤਾਂ ਨਹੀਂ, ਜੇ ਨਹੀਂ ਕਰਦੇ ਤਾਂ ਸੰਘਰਸ਼ ਸਾਡਾ ਜਾਰੀ ਰਹੂਗਾ। ਚੰਗਾ ਹੋਇਆ ਜਿਹੜੇ ਵਾਪਸ ਲੈ ਰਹੇ, ਠੀਕ ਹੈ, ਪਰ ਜੇ ਪਹਿਲਾਂ ਇਹ ਨਾ ਹੁੰਦੇ ਕਾਲੇ ਕਾਨੂੰਨ, ਮੇਰੇ ਭਰਾ ਦੀ ਮੌਤ ਨਾ ਹੁੰਦੀ, ਬਚ ਜਾਂਦਾ ਉਹ। ਇੱਕ ਲਖਤ ਦੌਰਾ, ਦਿਲ ਦਾ ਦੌਰਾ ਪੈ ਕੇ ਅਟੈਕ ਹੋ ਕੇ ਉੱਥੇ ਜਾਨ ਉਹਦੀ ਨਿਕਲ ਗਈ, ਪੂਰਾ ਹੋ ਰਿਹਾ। ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ। 1 ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਮੋਦੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਜੋ ਖੇਤੀ ਕਾਨੂੰਨ ਬਣਾਏ ਗਏ ਸਨ, ਕਾਲੇ ਕਾਨੂੰਨ ਕਿਸਾਨਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀਗਾ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਹੈ ਜਿਹੜਾ ਉਹ ਸਾਹਮਣੇ ਆ ਗਿਆ ਹੈ। ਸੋ ਮੋਦੀ ਸਰਕਾਰ ਵੱਲੋਂ ਕੱਲ੍ਹ ਜਿਹੜਾ ਇਹ ਐਲਾਨ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਇਹਨਾਂ ਕਾਲੇ ਖੇਤੀ ਕਾਨੂੰਨਾਂ ਨੂੰ, 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੈ। ਸੋ ਇਸ ਐਲਾਨ ਤੋਂ ਬਾਅਦ ਜੇ ਆਪਾਂ ਦੇਖਿਆ ਜਾਏ ਤਾਂ ਪੂਰੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਔਰ ਪੂਰੇ ਸੰਸਾਰ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਜਿਹੜੀ ਦੇਖੀ ਜਾ ਰਹੀ ਹੈ। ਪਰ ਇੱਥੇ ਹੋਰ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਨੇ, ਕਿਉਂਕਿ ਇਸ ਕਿਸਾਨ ਅੰਦੋਲਨ ਦੇ ਵਿੱਚ, ਇਸ ਕਿਸਾਨ ਮੋਰਚੇ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਕਿਸਾਨ ਨੇ ਜਿਹੜੇ ਸ਼ਹੀਦ ਹੋ ਗਏ, ਚਾਹੇ ਉਹ ਸਾਡੇ ਨੌਜਵਾਨ ਵੀਰ ਸਨ, ਚਾਹੇ ਉਹ ਸਾਡੇ ਬਜ਼ੁਰਗ ਕਿਸਾਨ ਸਨ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਬਣਿਆ? ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ। ਸੋ ਜਦੋਂ ਪੱਤਰਕਾਰਾਂ ਵੱਲੋਂ ਇਹਨਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਗਈ ਜਾ ਕੇ ਪਿੰਡਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ, ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਐਲਾਨ ਦੇ ਨਾਲ, ਇਸ ਫੈਸਲੇ ਦੇ ਨਾਲ ਕਿਸੇ ਹੱਦ ਤੱਕ ਇੱਕ ਪ੍ਰਕਾਰ ਦੀ ਖੁਸ਼ੀ ਉਹਨਾਂ ਨੂੰ ਜ਼ਰੂਰ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ, ਜਿਨ੍ਹਾਂ ਨੇ ਸ਼ਹੀਦੀ ਦਿੱਤੀ ਇਸ ਮੋਰਚੇ ਦੇ ਵਿੱਚ, ਇਸ ਅੰਦੋਲਨ ਦੇ ਵਿੱਚ, ਉਹਨਾਂ ਦੀ ਸ਼ਹੀਦੀ ਕਿਸੇ ਨਾ ਕਿਸੇ ਤਰੀਕੇ ਨਾਲ ਲੇਖੇ ਲੱਗ ਗਈ, ਉਹਨਾਂ ਦੀ ਸ਼ਹੀਦੀ ਰੰਗ ਲਿਆਈ ਹੈ ਕਿ ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ, ਐਟਲੀਸਟ ਇੱਕ ਐਲਾਨ ਤਾਂ ਜ਼ਰੂਰ ਕਰ ਦਿੱਤਾ। ਸੋ ਇਹ ਕਦੋਂ ਹੋਣਗੇ, ਲਿਖਤੀ ਰੂਪ 'ਚ ਕਦੋਂ ਹੋਣਗੇ, ਇਹ ਇੱਕ ਵੱਡਾ ਸਵਾਲ ਹੈ। ਇਹੀ ਸਵਾਲ ਇਹਨਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਖੜ੍ਹੇ ਕੀਤੇ ਨੇ ਕਿ ਅਸਲੀ ਖੁਸ਼ੀ ਸਾਨੂੰ ਉਦੋਂ ਹੋਏਗੀ, ਅਸਲੀ ਤਸੱਲੀ ਉਦੋਂ ਹੋਏਗੀ, ਅਸਲੀ ਸੰਤੁਸ਼ਟੀ ਸਾਡੇ ਮਨ ਨੂੰ ਉਦੋਂ ਫੀਲ ਹੋਏਗੀ ਜਦੋਂ ਮੋਦੀ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਨੂੰ ਲਿਖਤੀ ਰੂਪ ਦੇ ਵਿੱਚ ਰੱਦ ਕਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਪ੍ਰੋਸੈਸ ਹੈ ਜਿਹੜਾ ਕਿ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਸਰਕਾਰ ਨੇ ਸ਼ੁਰੂ ਕਰਨਾ ਹਾਲੇ। ਸੋ ਉਸ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਕਾਨੂੰਨ ਸੱਚੀ ਮੁੱਚੀ, ਜਿਹਨੂੰ ਕਹਿੰਦੇ ਹੈ ਕਿ ਲਿਖਤੀ
ਰੂਪ ਦੇ ਵਿੱਚ ਜਦੋਂ ਰੱਦ ਕਰ ਦਿੱਤੇ ਜਾਣਗੇ ਅਸਲੀ ਖੁਸ਼ੀ ਅਸੀਂ ਉਦੋਂ ਮੰਨਾਂਗੇ, ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ। ਪਰ ਇੱਥੇ ਹੋਰ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਨੇ, ਪਹਿਲਾਂ ਤੁਹਾਨੂੰ ਸੁਣਵਾਉਂਦੇ ਹਾਂ ਇਹ ਸਾਰੀ ਗੱਲਬਾਤ। ਬਸ ਇਸ 'ਤੇ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਿਹੜਾ ਅੱਜ ਕਾਨੂੰਨ ਰੱਦ ਹੋ ਗਿਆ ਉਹਦੇ 'ਤੇ ਸਾਨੂੰ ਆਪਦੇ ਬੱਚੇ 'ਤੇ ਮਾਣ ਮਹਿਸੂਸ ਹੈ ਵੀ ਅੱਜ ਉਹਦੀ ਸ਼ਹੀਦੀ ਉਹਨੇ ਪਾਈ ਸੀ, ਜਿਹੜੀ ਉਹਦਾ ਸ਼ਹੀਦੀ ਅੱਜ ਲੇਖੇ ਲੱਗ ਗਈ। ਸਾਡਾ ਬੱਚਾ ਸ਼ਹੀਦ ਹੋਇਆ ਸੀ, ਅੱਜ ਉਹਦੀ ਸ਼ਹੀਦੀ ਲੇਖੇ ਲੱਗ ਗਈ। ਜਿਹੜੇ ਮੋਦੀ ਸਾਹਿਬ ਨੇ ਕਾਨੂੰਨ ਆ ਉਹ ਰੱਦ ਕਰ ਲਏ, ਜਿਵੇਂ ਬਾਰਡਰਾਂ 'ਤੇ ਫੌਜੀ ਆਪਦੀ ਜਾਨ ਦਿੰਦੇ ਆ, ਅਸੀਂ ਤਾਂ ਇਹ ਸੋਚਦੇ ਵੀ ਸਾਡੇ ਬੱਚੇ ਨੇ ਵੀ ਦੇਸ਼ ਲਈ ਜਾਨ ਦਿੱਤੀ ਆਪਦੀ, ਅੱਜ ਉਹਦੀ ਜਾਨ ਜਿਹੜੀ ਹੈਗੀ ਉਹ ਲੇਖੇ ਲੱਗ ਗਈ। ਸਰਕਾਰਾਂ ਵੱਲੋਂ ਕੀ ਕੋਈ ਸਹਾਇਤਾ ਮਿਲੀ ਹੈ? ਨਾ ਨਾ, ਸਰਕਾਰਾਂ ਵੱਲੋਂ ਵੀਰ ਜੀ ਕੋਈ ਸਹਾਇਤਾ ਨਹੀਂ ਆਏਗੀ ਸਾਨੂੰ, ਨਾ ਮੁਲਾਜ਼ਮ ਤਾਂ ਜ਼ਰੂਰ ਆਉਂਦੇ ਆ ਪਰ ਉਹਨਾਂ ਪਾਸੋਂ ਕੋਈ ਵੀ ਮਦਦ ਨਹੀਂ ਕੀਤੀ ਗਈ, ਨਾ ਕੋਈ ਜੋਬ ਦੀ ਮਦਦ ਕੀਤੀ ਗਈ ਆ, ਨਾ ਕੋਈ ਵੀ ਜਿਵੇਂ ਉਹਨਾਂ ਨੇ ਕਿਹਾ ਸੀ 5 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ, ਨਾ ਕੁਛ ਇਹੋ ਜਿਹਾ ਕੁਛ ਮਦਦ ਨਹੀਂ ਕੀਤੀ ਗਈ ਗੀ। ਅੱਜ ਤੁਸੀਂ ਦੇਖੋ ਵੀ ਜਿਹੜੇ ਮਾਂ ਪਿਓ ਦਾ ਐਡਾ ਬੱਚਾ ਸ਼ਹੀਦ ਹੋ ਜਾਏ ਜਾਵੇ ਅਤੇ ਉਹ ਮਾਂ ਪਿਓ ਦਾ ਤਾਂ ਉੱਠ ਕੇ ਤੁਰਨ ਨੂੰ ਜੀ ਨਹੀਂ ਕਰਦਾ, ਕੰਮ ਕਰਨ ਨੂੰ ਕਿੱਥੋਂ ਜੀ ਕਰਨਾ, ਅਤੇ ਪਰ ਨਹੀਂ ਇਹਨਾਂ ਦਾ ਲੱਕ ਟੁੱਟ ਗਿਆ, ਅੱਜ ਉਸਦਾ ਇਲਾਜ ਕਰਾਉਂਦਿਆਂ ਕਰਾਉਂਦਿਆਂ ਦਾ ਲੱਕ ਟੁੱਟ ਗਿਆ। ਜਦੋਂ ਉੱਥੋਂ ਆਇਆ ਸੀ ਉਹਦੀ ਪੇਟ 'ਚ ਇਨਫੈਕਸ਼ਨ ਸੀਗੀ, ਪਹਿਲਾਂ ਇੱਥੇ ਕੋਟਕਪੂਰੇ ਰੱਖਿਆ ਉਹ ਕਿੰਨੇ ਦਿਨ, ਫਿਰ ਇੱਥੋਂ ਬਠਿੰਡੇ, ਬਠਿੰਡੇ ਤੋਂ ਲੁਧਿਆਣੇ, ਲੁਧਿਆਣੇ ਤੋਂ ਫਿਰ ਅਸੀਂ PGI ਉੱਥੇ ਲੈ ਕੇ ਗਏ, ਅਤੇ ਇੰਨਾ ਇਲਾਜ ਕਰਾਉਣਾ ਤਾਂ ਬਹੁਤ ਮੁਸ਼ਕਲ ਹੈ। ਪਰ ਅੱਜ ਮਾਂ ਪਿਓ ਦਾ ਲੱਕ ਟੁੱਟਿਆ ਹੋਇਆ, ਉਹਨਾਂ ਨੂੰ ਖੜ੍ਹੇ ਹੋਣਾ ਵੀ ਮੁਸ਼ਕਲ ਹੈ, ਜਿਹੜਾ ਬੱਚਾ ਬਾਹਰ ਪੜ੍ਹ ਰਿਹਾ ਉਹਦੀ ਵੀ ਫੀਸ ਚਾਹੀਦੀ ਹੈ, ਅਤੇ ਆਮਦਨ ਦਾ ਸਾਧਨ ਕੋਈ ਨਹੀਂ, ਉਹੀ ਬੱਚਾ ਖੇਤੀ ਕਰਦਾ ਸੀ ਸਾਡਾ, ਅਤੇ ਉਹ ਬੱਚਾ ਸਾਡਾ ਸ਼ਹੀਦ ਹੋ ਗਿਆ, ਅਤੇ ਅੱਜ ਤਾਂ ਪਰਿਵਾਰ ਦਾ ਤਾਂ ਬਹੁਤ ਮੁਸ਼ਕਲ ਹੋਇਆ ਵਾ ਪਿੱਛੋਂ, ਅਤੇ ਪਰ ਸਰਕਾਰਾਂ ਪਾਸੋਂ ਸਾਨੂੰ ਕੋਈ ਵੀ ਮਦਦ ਨਹੀਂ ਆਈ ਕੋਈ ਵੀ। ਅਤੇ ਅੱਜ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਇਸ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਚਲੋ ਧੰਨਵਾਦ ਆ ਮੋਦੀ ਸਾਹਿਬ ਦਾ, ਜਿਹੜਿਆਂ ਨੇ ਸਾਡੀ ਅੱਜ ਸੁਣਵਾਈ ਸੁਣ ਲਈ, ਸਾਡੀ ਕੋਈ ਮਿਹਨਤ ਪੱਲੇ ਪੈ ਗਈ, ਜਿਹੜੇ ਬੱਚੇ ਮਾਵਾਂ ਦੇ ਸ਼ਹੀਦ ਹੋਏ ਆ ਉਹਨਾਂ ਦੀ ਕੋਈ ਮਿਹਨਤ ਪੱਲੇ ਪੈ ਗਈ, ਉਹਨਾਂ ਦੀ ਸ਼ਹੀਦੀ ਲੇਖੇ ਲੱਗ ਗਈ। ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਪਰ ਜ਼ਿਆਦਾ ਸਾਡੇ ਮਨ ਨੂੰ ਖੁਸ਼ੀ ਉਸ ਦਿਨ ਹੋਊਗੀ ਜਿਸ ਦਿਨ ਮੋਦੀ ਸਾਹਿਬ ਨੇ ਇਹ ਲਿਖ ਕੇ ਦਿੱਤਾ ਵੀ ਜਿਹੜੇ ਕਾਨੂੰਨ ਹੈ ਉਹ ਰੱਦ ਹੋ ਗਏ। ਅਜੇ ਤਾਂ ਕਿਹਾ ਹੀ ਹੈ, ਜਦੋਂ ਲਿਖ ਕੇ ਦਿੱਤਾ ਸਾਡੇ ਮਨ ਨੂੰ ਪੂਰੀ ਸ਼ਾਂਤੀ ਉਸ ਦਿਨ ਹੋਜੂਗੀ। ਮੌਜੂਦਾ ਸਰਕਾਰਾਂ ਤੋਂ ਕੀ ਮੰਗ ਕਰਦੇ? ਸਰਕਾਰਾਂ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਇਸ ਪਰਿਵਾਰ ਦੀ ਕੋਈ ਮਦਦ ਕਰੋ, ਜਾਂ ਕੋਈ ਹੋਰ ਜਿਹੜੇ ਸ਼ਹੀਦ ਹੋਏ ਹੈ ਪਿੱਛੇ ਕੋਈ ਹੈ ਨਹੀਂ ਗਾ ਜਿਨ੍ਹਾਂ ਦਾ, ਉਹਨਾਂ ਦੀ ਕੋਈ ਨਾ ਕੋਈ ਮਦਦ ਜ਼ਰੂਰ ਕਰੇ ਸਰਕਾਰ, ਕੋਈ ਨੌਕਰੀ ਦੇਵੇ। ਜਿਵੇਂ ਹੁਣ ਇਹਨਾਂ ਦੇ ਮਾਂ ਪਿਓ ਹੈ ਸੰਦੀਪ ਦੇ, ਉਹ ਕੋਈ ਕੰਮ ਕਰ ਸਕਦੇ ਹੈ, ਪਰ ਜੇ ਸਰਕਾਰ ਮਦਦ ਕਰੇ ਤਾਂ, ਜੇ ਆਪਾਂ ਜਮ੍ਹਾਂ ਹੀ ਕਿਸੇ ਦਾ ਹੱਥ ਛੱਡ ਦਈਏ ਤਾਂ ਉਹਨੂੰ ਤਾਂ ਉੱਠਣਾ ਹੀ ਮੁਸ਼ਕਲ ਹੋ ਜਾਂਦਾ ਦੁਖੀ ਬੰਦੇ ਨੂੰ ਤਾਂ। ਪਰ ਸਰਕਾਰ ਤੋਂ ਇਹੀ ਚਾਹੁੰਦੇ ਹਾਂ ਅਸੀਂ ਵੀ ਇਹਨਾਂ ਦੀ ਹੈਲਪ ਕਰਨ, ਇਸ ਪਰਿਵਾਰ ਦੀ ਨੂੰ ਹੈਲਪ ਦੀ ਬਹੁਤ ਜ਼ਰੂਰਤ ਹੈ, ਇਹਨਾਂ ਦੀ ਹੈਲਪ ਕਰਨ। ਉੱਥੇ ਇਨਫੈਕਸ਼ਨ ਹੋ ਗਈ ਪੇਟ ਦੇ ਵਿੱਚ ਹੀ, ਅਤੇ ਉਹ ਉਸ ਕਰਕੇ ਅਤੇ ਉੱਥੋਂ ਫਿਰ ਆ ਗਿਆ ਸੀਗਾ 15-16 ਦਿਨ ਲਾ ਕੇ। ਉਦੋਂ ਬਾਅਦ ਫਿਰ ਇੱਥੇ ਦਾਖਲ ਕਰਾਇਆ, ਫਿਰ ਲੁਧਿਆਣੇ ਕਰਾਇਆ, ਫਿਰ PGI ਚੰਡੀਗੜ੍ਹ ਕਰਾਇਆ, ਫਿਰ 24 ਜਨਵਰੀ ਨੂੰ ਮੌਤ ਹੋ ਗਈ ਸੀ ਉਹਨਾਂ ਦੀ। ਹਾਂਜੀ, ਸਾਰੇ ਗਏ ਸੀ, ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਜੀ। ਜਿਹੜੇ ਵਾਅਦੇ ਕੀਤੇ ਗਏ ਸੀ? ਨਹੀਂ ਜੀ, ਕੋਈ ਨਹੀਂ ਵਾਅਦਾ ਉਹਨਾਂ ਨੇ ਪੂਰਾ ਕੀਤਾ ਜੀ। ਵੀ ਉਹਨਾਂ ਨੇ ਕਿਹਾ 5 ਲੱਖ ਰੁਪਈਆ ਦੇਵਾਂਗੇ, ਨੌਕਰੀ ਦੇਵਾਂਗੇ, ਕੁਛ ਨਹੀਂ ਉਹਨਾਂ ਨੇ ਦਿੱਤਾ ਜੀ। ਸਰਕਾਰ ਦਾ ਨੁਮਾਇੰਦਾ ਵੀ ਕੋਈ ਨਹੀਂ ਆਇਆ ਤੁਹਾਡੇ ਕੋਲ? ਹਾਂ, ਸਰਕਾਰ ਦੇ ਨੁਮਾਇੰਦੇ ਤਾਂ ਆਉਂਦੇ ਹੀ ਰਹੇ ਜੀ, ਅਤੇ ਪਰ ਕਿਸੇ ਨੇ ਕੁਛ ਨਹੀਂ ਕੀਤਾ ਜੀ। ਉਹ 15 ਦਿਨ ਗਏ ਸੀ ਠਿਕਰੀ ਬੋਰਡਰ 'ਤੇ ਗਏ ਸੀਗੇ, ਉੱਥੇ ਫਿਰ ਉਹ ਕੰਮ ਕੁੰਮ ਕਰਦੇ ਰਹੇ, ਉੱਥੇ ਫਿਰ ਜ਼ੋਰ ਲੱਗ ਗਿਆ ਕਿਤੇ, ਢਿੱਡ 'ਚ ਨਾੜਾਂ ਇਕੱਠੀਆਂ ਹੋ ਗਈਆਂ, ਤਾਂ ਕਰਕੇ ਉਹ ਫਿਰ ਕੰਮ ਜ਼ਿਆਦਾ ਵੱਧ ਗਿਆ। ਪਹਿਲਾਂ ਤਾਂ ਅਸੀਂ ਕੋਟਕਪੂਰੇ ਸੀਗੇ, ਫਿਰ ਬਠਿੰਡੇ ਲੈ ਗਏ, ਫਿਰ ਲੁਧਿਆਣੇ ਲੈ ਗਏ, ਫਿਰ PGI ਚੰਡੀਗੜ੍ਹ ਲੈ ਗਏ। ਉਹ ਨਵੇਂ ਸਾਲ ਵਾਲੇ ਦਿਨ ਗਏ, 24 ਜਨਵਰੀ ਨੂੰ ਉਹਨਾਂ ਦੀ ਮੌਤ ਹੋ ਗਈ ਸੀ। ਆਪਣੇ ਕੋਲ ਕੋਈ ਨਹੀਂ ਪਹੁੰਚਿਆ ਜੀ, ਕੋਈ ਵਾਅਦਾ ਨਹੀਂ ਪੂਰਾ ਹੋਇਆ। ਸਰਕਾਰਾਂ ਨੇ ਤਾਂ ਵਾਅਦੇ ਹੀ ਕਰਨੇ ਹੁੰਦੇ ਆ। ਇਹ ਬਹੁਤ ਵੱਡੀ ਜੰਗ ਸੀ, ਉਹਨਾਂ ਦੇ ਵਿੱਚ ਆਪਣਾ ਬੇਟਾ ਸ਼ਹੀਦ ਹੋ ਗਿਆ, ਅਤੇ ਇਹਨਾਂ ਸ਼ਹੀਦੀਆਂ ਕਰਕੇ ਹੀ ਅਤੇ ਆਪਾਂ ਨੂੰ ਜਿੱਤ ਮਿਲੀ ਹੈ ਜੀ। ਹਾਂਜੀ, ਸੰਤੁਸ਼ਟੀ ਹੈ ਜੀ, ਮੰਨ ਗਈ ਪੱਕਾ, ਤਾਂ ਫਿਰ ਉਦੇ ਮੰਨਾਂਗੇ ਨਾ ਜਿੱਦਾਂ ਲਿਖਤੀ ਰੂਪ 'ਚ ਹੋਇਆ ਜੀ। ਅਜੇ ਤਾਂ ਵਾਅਦਾ ਕੀਤਾ ਜੀ ਉਹਨਾਂ ਨੇ, 25 ਤਰੀਕ ਨੂੰ ਫੇਰ ਜਾਣਾ ਉੱਥੇ ਦਿੱਲੀ, ਅਤੇ 26 ਤਰੀਕ ਨੂੰ ਉਹ ਆਪਾਂ ਮਨਾਵਾਂਗੇ। ਬਹੁਤ ਵੱਡੀ ਜਿੱਤ ਹੋਈ ਹੈ ਜੀ, ਮੋਦੀ ਸਰਕਾਰ ਦਾ ਇਸ ਵੱਲੋਂ ਧੰਨਵਾਦ ਕਰਦੇ ਹਾਂ ਵੀ ਜਿਹੜਾ ਜੰਗ ਅਸੀਂ ਫਿਰ ਜਿੱਤ ਗਏ। ਕਈ ਕਈ ਬੱਚੇ ਨੇ, ਕਈ ਮਾਵਾਂ ਦੇ ਕਈ ਪੁੱਤ ਉੱਥੇ ਸ਼ਹੀਦ ਹੋਏ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਕੀ ਕਹਿਣਾ ਜੀ, ਉਹਨਾਂ ਦੀਆਂ ਸ਼ਹੀਦੀਆਂ ਨਾ ਹੀ ਰੰਗ ਲਿਆਈਆਂ ਜੀ, ਜਿਹਨੇ 750 ਉੱਥੇ ਸ਼ਹੀਦ ਹੋ ਗਏ ਜੀ, ਉਹਨਾਂ ਦੀਆਂ ਸ਼ਹੀਦੀਆਂ ਨੇ ਸਾਰਾ ਕੰਮ ਸਿਰੇ ਲਾਇਆ ਜੀ।
ਅੱਜ ਉਹਨਾਂ ਸ਼ਹੀਦਾਂ 'ਤੇ ਤੁਹਾਨੂੰ ਕੀ ਮਹਿਸੂਸ ਕਰਦੇ? ਉਹਨਾਂ 'ਤੇ ਮਾਣ ਹੈ ਜੀ ਸਾਨੂੰ ਸਾਰਿਆਂ 'ਤੇ, ਵੀ ਮੁਲਕ ਦੇ ਆਪਣੇ ਲੇਖੇ ਲੱਗੀਆਂ ਜਾਂਦਾ ਜੀ, ਜਿਵੇਂ ਆਪਣੇ ਫੌਜੀ ਬਾਰਡਰਾਂ 'ਤੇ ਸ਼ਹੀਦ ਹੋ ਜਾਂਦੇ ਆ, ਉਵੇਂ ਇਹ ਵੀ ਸ਼ਹੀਦੀਆਂ ਹੋਈਆਂ ਜੀ। ਉਹ ਠੀਕ ਹੈ ਵੀ ਮਤਲਬ ਕਿ ਵੀ ਮਾਨ ਲਈ ਰੱਦ ਹੋ ਗਏ ਤਦ ਤੱਕ ਜਦ ਤੱਕ ਲਿਖਤੀ ਰੂਪ ਮੈਂ ਨਹੀਂ ਦੇ ਰਹੇ, ਉਦੋਂ ਤੱਕ ਵੀ ਕੋਈ ਚਾਂਸ ਨਹੀਂ ਹੈਗੇ। ਅਤੇ ਬਾਕੀ ਡੇਢ ਸਾਲ ਹੋ ਗਿਆ ਵੀ ਸੰਘਰਸ਼ ਚੱਲਦੇ ਨੂੰ, ਵੀ ਜਿਹੜੇ 700-800 ਮਤਲਬ ਕਿ ਸ਼ਹੀਦ ਹੋ ਗਏ ਪਰਿਵਾਰਾਂ ਦੇ, ਅਤੇ ਉਹਨਾਂ ਨੂੰ ਅਜੇ ਤੱਕ ਨੌਕਰੀਆਂ ਗਿਆ ਸੀ, ਸਰਕਾਰ ਨੇ ਵੀ ਨੌਕਰੀਆਂ ਦੇਵਾਂਗੇ, 10-10 ਲੱਖ ਰੁਪਇਆ ਮਤਲਬ ਕਿ ਮੁਆਵਜ਼ਾ ਜਿਹੜਾ ਕਰਜ਼ ਹੈ ਉਹ ਮਾਫ਼ ਕਰਾਂਗੇ, ਅਤੇ ਅਜੇ ਤੱਕ ਉਹਨਾਂ ਨੂੰ ਕੁਛ ਵੀ ਨਹੀਂ ਕਰ ਰਹੀ ਹੈਗੀ ਸਰਕਾਰ, ਵੀ ਅਸੀਂ ਅਜੇ ਕੋਈ ਵੀ ਉਹ ਨਹੀਂ ਹੈਗਾ ਵੀ ਅਸੀਂ ਵਿਰੋਧ ਚੱਲ ਹੋ ਰਿਹਾ ਵੀ ਭਾਈ ਉਹ ਕਰਨ ਅਤੇ ਕਰਜ਼ਾ ਮਾਫ਼ ਕਰਨ, ਮੁਆਵਜ਼ਾ ਦੇਣ ਉਹ ਸਰ ਪਰਿਵਾਰਾਂ ਨੂੰ, ਠੀਕ ਹੈ ਨਾ, ਅਤੇ ਨੌਕਰੀਆਂ ਦੇਣ ਵੀ ਜਿਹੜਾ ਇੱਕ ਇੱਕ ਨੌਕਰੀ ਕਿਹਾ ਸੀ ਸਰਕਾਰ ਨੇ ਵੀ ਦੇਵਾਂਗੇ, ਉਹ ਅਜੇ ਕੁਛ ਨਹੀਂ ਦੇ ਰਹੇ, ਅਤੇ ਵੀ ਜਿੰਨਾ ਚਿਰ ਅਜੇ ਕੁਛ ਦੇ ਨਹੀਂ ਰਹੇ ਅਤੇ ਉਦੋਂ ਤੱਕ ਤਾਂ ਸਰਕਾਰ ਦਾ ਵਿਰੋਧ ਹੋਏਗਾ ਹੀ, ਜਦੋਂ ਤੱਕ ਸਰਕਾਰ ਦੇਵੇਗੀ ਚੱਲ ਉਦੋਂ ਦੇਖੀ ਜਾਊਗੀ। ਆਪਕੋ ਖੁਸ਼ੀ ਲੱਗ ਰਹੀ ਹੈ ਅੱਜ ਗੁਰਪੁਰਬ ਕੇ ਦਿਨ ਇੱਕ ਬੜਾ ਫੈਸਲਾ ਲਿਆ ਹੈ ਮੋਦੀ ਸਰਕਾਰ ਨੇ? ਉਹ ਵੀ ਖੁਸ਼ੀ ਵੀ ਹੈਗੀ ਹੈ, ਗਮ ਵੀ ਹੈਗਾ, ਜਿਹੜੇ 800-700 ਪਰਿਵਾਰਾਂ ਦੇ ਮਤਲਬ ਕਿ 20-20 ਸਾਲ ਦੇ ਬੱਚੇ ਸ਼ਹੀਦ ਹੋਏ ਨੇ, ਇਕੱਲੇ ਇਕੱਲੇ ਪੁੱਤ ਸੀ ਉਹਨਾਂ ਦੇ, ਵੀ ਉਹ ਮਾਵਾਂ ਆਪਦੇ ਬੱਚੇ ਸ਼ਹੀਦ ਕਰ ਚੁੱਕੀਆਂ ਨੇ, ਅਤੇ ਖੁਸ਼ੀ ਵੀ ਹੈ ਅਤੇ ਗਮ ਵੀ ਬਹੁਤ ਹੈ ਵੀਰੇ। ਦੇਖਦੇ ਜੀ ਚੰਗੀ ਗੱਲ ਆ, ਅੱਛੀ ਗੱਲ ਆ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਮੋਦੀ ਨੇ ਚੰਗਾ ਸੋਚਿਆ, ਜੇ ਰੱਦ ਕਰਦੇ ਨੇ ਤਾਂ ਅਜੇ ਕਹੀ ਆ, ਪੱਕੇ ਤੌਰ 'ਤੇ ਦੇਖਾਂਗੇ ਵੀ ਕੀ ਬਣ ਰਿਹਾ ਹੈਗਾ। ਅਤੇ ਬਾਕੀ ਸਾਡੇ ਪਿੰਡ ਸਰਜੀਤ ਸਿੰਘ ਸੰਘਰਸ਼ ਦੇ ਆਪਣਾ 26/11 ਤੋਂ ਲਾ ਕੇ ਸੰਘਰਸ਼ੀ ਰਹੇ ਤੇ, ਉਹਨੂੰ ਕੋਈ ਬਿਮਾਰੀ ਦੇ ਕਾਰਨ ਉੱਥੇ ਤਕਲੀਫ ਹੋਈ, ਉਹ ਸ਼ਹੀਦ ਹੋ ਗਏ ਨੇਗੇ, ਅਤੇ ਉਹਦੇ ਵਾਸਤੇ ਸਰਕਾਰ ਨੇ ਹਾਲੇ ਤੱਕ ਸਾਨੂੰ 5 ਲੱਖ ਰੁਪਇਆ ਦਿੱਤਾ ਗਾ, ਉਹਦਾ ਨਾ ਕੋਈ ਕਰਜ਼ਾ ਮਾਫੀ ਆ, ਬੈਂਕ ਵਾਲੇ ਵੀ ਤੰਗ ਕਰ ਰਹੇ ਨੇ ਅਜੇ, ਨਾ ਕੋਈ ਜਿਹੜਾ ਕੋਈ ਆੜਤੀ ਦਾ ਕਰਜ਼ਾ ਉਹ ਕੋਈ ਉਹ ਮਾਫ਼ ਕਰਿਆ ਸਾਨੂੰ, ਉਹਦੀ ਕੋਈ ਹੋਰ ਸਹੂਲਤ ਕੋਈ ਨਹੀਂ ਮਿਲੀ ਸਾਨੂੰ ਹਾਲੇ ਤੱਕ, ਅਤੇ ਇਹਦੇ ਕਰਕੇ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੰਨ ਤੱਕ ਸਾਰੀਆਂ ਕੋਈ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡੀਆਂ। ਖੁਸ਼ੀ ਹੈ ਅੱਜ, ਖੁਸ਼ੀ ਹੈ, ਪੂਰੀ ਖੁਸ਼ੀ ਹੈ, ਜੇ ਰੱਦ ਕਰਦੇ ਨੇ ਤਾਂ ਨਹੀਂ, ਜੇ ਨਹੀਂ ਕਰਦੇ ਤਾਂ ਸੰਘਰਸ਼ ਸਾਡਾ ਜਾਰੀ ਰਹੂਗਾ। ਚੰਗਾ ਹੋਇਆ ਜਿਹੜੇ ਵਾਪਸ ਲੈ ਰਹੇ, ਠੀਕ ਹੈ, ਪਰ ਜੇ ਪਹਿਲਾਂ ਇਹ ਨਾ ਹੁੰਦੇ ਕਾਲੇ ਕਾਨੂੰਨ, ਮੇਰੇ ਭਰਾ ਦੀ ਮੌਤ ਨਾ ਹੁੰਦੀ, ਬਚ ਜਾਂਦਾ ਉਹ, ਨਾ ਉੱਥੇ ਜਾਂਦਾ ਧਰਨਿਆਂ 'ਤੇ ਜਾਂਦਾ ਸੀ, ਉੱਥੇ ਸੰਗਤ ਨੂੰ ਲੈ ਕੇ ਜਾਂਦਾ ਸੀ ਟਰੈਕਟਰ 'ਤੇ, ਤਾਂ ਆਉਂਦਾ ਸੀ ਤਾਂ ਕਈ ਦਿਨ ਤੋਂ ਜਾਂਦਾ ਆਉਂਦਾ ਰਹਿੰਦਾ ਸੀ, ਉਹਦੇ ਕਰਕੇ ਉਹ ਸੰਗਤ ਨੂੰ ਲੈ ਕੇ ਆਇਆ ਗੁਰਦੁਆਰਾ ਸਾਹਿਬ ਆ ਕੇ, ਉੱਥੇ ਇੱਕ ਲਖਤ ਦੌਰਾ ਦਿਲ ਦਾ ਦੌਰਾ ਪੈ ਕੇ ਟੈਕ ਹੋ ਕੇ ਉੱਥੇ ਜਾਨ ਉਹਦੀ ਨਿਕਲ ਗਈ, ਪੂਰਾ ਹੋ ਲਿਆ, ਮੁਆਵਜ਼ਾ ਮਿਲ ਗਿਆ ਜੋ 5 ਲੱਖ ਸਰਕਾਰ ਦਾ ਸੀ ਉਹ ਸਾਨੂੰ ਮੁਆਵਜ਼ਾ ਮਿਲ ਗਿਆ, ਇਹਦੇ ਨਾਲ ਘਾਟ ਪੂਰੀ ਤਾਂ ਨਹੀਂ ਹੋਈ, 5 ਲੱਖ ਨਾਲ ਭਰਾ ਕਿੱਥੇ ਮਿਲਦੇ ਨੇ, ਇਹਦੇ ਕਰਕੇ ਚਲੋ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ ਸੀ, ਇਹਦੇ 'ਚ ਤਾਂ ਕੋਈ ਗੱਲ ਉਹ ਨਹੀਂ ਵੀ ਅਸੀਂ ਚਲੋ ਇੱਕ ਮੇਰਾ ਭਰਾ ਉਸ ਸੰਘਰਸ਼ ਚਲਿਆ ਗਿਆ, ਸ਼ਹੀਦ ਹੋ ਗਿਆ, ਅਸੀਂ ਨਾਲ ਜੂਨੀਅਰ ਦੇ ਨਾਲ ਹਰ ਵਕਤ ਸਾਥ ਦੇਵਾਂਗੇ। ਸੋ ਤੁਸੀਂ ਸੁਣਿਆ ਕਿ ਇਹਨਾਂ ਪਰਿਵਾਰਕ ਮੈਂਬਰਾਂ ਦੇ ਜਜ਼ਬਾਤ ਦੇਖਣ ਵਾਲੇ, ਇਹਨਾਂ ਦੀ ਹਿੰਮਤ ਦੇਖਣ ਵਾਲੀ, ਇਹਨਾਂ ਦਾ ਹੌਸਲਾ ਦੇਖਣ ਵਾਲਾ, ਔਰ ਇਹਨਾਂ ਦੇ ਚਿਹਰੇ ਕਿ ਕਿਸ ਕਿਸਮ ਨਾਲ ਉਹ ਫੋਟੋਆਂ ਚੱਕ ਕੇ ਸ਼ਹੀਦ ਆਪਣੇ ਸ਼ਹੀਦ ਹੋਏ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਜਦੋਂ ਇਹਨਾਂ ਦੇ ਨਾਲ ਜਦੋਂ ਉਹ ਰੱਖੀਆਂ ਉਹਨਾਂ ਨੇ, ਔਰ ਉਹਨਾਂ ਫੋਟੋਆਂ ਦੇ ਨਾਲ ਜਿਹੜੇ ਉਹਨਾਂ ਦੇ ਹਾਵ ਭਾਵ ਜਾਂ ਉਹਨਾਂ ਦੀ ਬਾਡੀ ਲੈਂਗੁਏਜ ਜਾਂ ਉਹਨਾਂ ਦੀ ਹਿੰਮਤ ਸੀ ਜਿਹੜੀ, ਉਸ ਨੂੰ ਸਲਿਊਟ ਕਰਨੀ ਬਣਦੀ ਹੈ, ਔਰ ਉਹਨਾਂ ਨੇ ਬੜੇ ਹਿੰਮਤ ਦੇ ਨਾਲ ਹੌਸਲੇ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਵਾਸਤੇ ਮਾਣ ਮਹਿਸੂਸ ਕੀਤਾ। ਉਹਨਾਂ ਨੂੰ ਇਹ ਇਸ ਚੀਜ਼ ਲਈ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪਰਿਵਾਰਕ ਮੈਂਬਰਾਂ ਦੀ, ਜਿਨ੍ਹਾਂ ਜਿਨ੍ਹਾਂ ਦੀ ਵੀ ਸ਼ਹੀਦੀ ਇਸ ਅੰਦੋਲਨ ਦੇ ਵਿੱਚ ਹੋਈ ਹੈ, ਉਹ ਜਿਹੜੀ ਹੈ ਇੱਕ ਕਿਸਮ ਨਾਲ ਰੰਗ ਲਿਆਈ ਹੈ। ਪਰ ਇੱਥੇ ਇੱਕ ਸਵਾਲ ਇਹ ਵੀ ਖੜ੍ਹਾ ਹੁੰਦਾ ਕਿ ਸਰਕਾਰਾਂ ਨੇ ਇਹਨਾਂ ਪਰਿਵਾਰਕ ਮੈਂਬਰਾਂ ਵਾਸਤੇ ਬਹੁਤ ਸਾਰੇ ਐਲਾਨ ਕੀਤੇ ਸਨ, ਸੋ ਉਹਨਾਂ ਐਲਾਨਾਂ ਦਾ ਕੀ ਹੈ, ਉਹਨਾਂ ਇਸ ਕਿਸਮ ਦੀ ਮਦਦ ਹੈ ਜਾਂ ਉਹ ਐਲਾਨ ਨੇ, ਉਹ ਸੱਚਾਈ ਕਦੋਂ ਬਣਨਗੇ, ਕਦੋਂ ਉਹ ਮਦਦ ਜਿਹੜੀ ਹੈ ਸਰਕਾਰਾਂ ਵੱਲੋਂ ਕੀਤੀ ਜਾਏਗੀ ਇਹਨਾਂ ਪਰਿਵਾਰਕ ਮੈਂਬਰਾਂ ਦੀ, ਜਾਂ ਫਿਰ ਕਦੋਂ ਜਿਹੜਾ ਹੈ ਇਸ ਕਿਸਮ ਦੇ ਜਿਹੜਾ ਸੱਚ ਹੈ ਐਲਾਨ ਨੇ ਜਿਹੜੇ ਸੱਚ ਦੇ ਰੂਪ ਦੇ ਵਿੱਚ ਕਦੋਂ ਸਾਹਮਣੇ ਆਉਂਦੇ ਨੇ, ਕਦੋਂ ਸਰਕਾਰਾਂ ਦੁਆਰਾ ਇਹਨਾਂ ਪਰਿਵਾਰਕ ਮੈਂਬਰਾਂ ਦੀ ਬਾਂਹ ਫੜੀ ਜਾਂਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ।
ਕਿਰਨਦੀਪ ਕੌਰ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।